ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਕਿਸਾਨ ਮੋਰਚਾ ਦੇ ਵਿੱਚ 400 ਸਾਲਾ ਪ੍ਰਕਾਸ਼ ਪੂਰਵ ਮਨਾਇਆ ਜਾਵੇਗਾ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ ਇੱਕ ਦੇਸ਼ ਪੱਧਰੀ ਕਿਸਾਨ ਮਜ਼ਦੂਰ ਲਹਿਰ ਅਤੇ ਏਕਤਾ ਲਈ ਮਜ਼ਬੂਤ ਕਰਨ ਦੀ ਯੋਜਨਾ ਬਣਾਈ ਗਈ ਆ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ ਹੈ ਕੱਲ ਕਿਸਾਨ ਮੋਰਚਾ ਅਤੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨਮ ਸ਼ਤਾਬਦੀ ਸਮਾਰੋਹ ਮਨਾਇਆ ਜਾਵੇਗਾ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ। ਬਰਗਾੜੀ ਬਯਦਵੀ ਅਤੇ ਬਹਿਬਲਕਲਾ ਗੋਲੀकांड ਤੇ ਰਾਜਨੀਤੀ ਕਰ ਰਹੇ ਬਾਦਲ ਕੈਪਟਨ ਜਥੇਦਾਰ ਦਾਦੂਵਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਯੂनाइटेड ਅਕਾਲੀ ਦਲ ਜਥੇਦਾਰ ਬੂਟਾ ਸਿੰਘ ਰੰਸੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਰਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਣਵਾਲਾ ਮੀਤ ਪ੍ਰਧਾਨ ਲਖਬੀਰ ਸੌਂਟੀ ਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਮਿੰਦਰ ਸਿੰਘ ਬੱਲਿਆਣੀ ਅਤੇ ਹੋਰ ਆਗੂਆਂ ਦੀ ਹੋਈ ਮੀਟਿੰਗ ਦੇ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਵਿਚਾਰਿਆ ਗਿਆ ਸਾਰੇ ਆਗੂਆਂ ਨੇ ਇੱਕ ਮਤ ਹੋ ਕੇ ਮੌਜੂਦਾ ਸਮੇਂ ਵਿੱਚ ਬਰਗਾੜੀ ਵਿਦਬੀ ਅਤੇ ਬਹਿਬਲ ਕਲਾ ਗੋਲੀकांड ਤੇ ਸਿਆਸਤ ਕਰ ਰਹੇ ਬਾਦਲ ਕੈਪਟਨ ਗੱਠ ਜੋੜ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਆਗਮਨ ਨੇ ਬਹਿਬਲ ਕਲਾ ਗੋਲੀकांड ਦੀ ਜਾਂਚ ਕਰ ਰੇ ਆਈਜੀ ਕਮਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਨੂੰ ਹਾਈ ਕੋਰਟ ਵੱਲੋਂ ਰੱਦ ਕਰਨਾ ਤੇ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਜਾਂਚ ਟੀਮ ਤੋਂ ਵੱਖ ਕਰਨ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। ਦਾਦੂਵਾਲ ਨੇ ਕਿਹਾ ਹੈ ਕਿ ਬਰਗਾੜੀ ਬਹਿਬਲ ਕਲਾ ਕਾਂਡ ਦਾ ਪੂਰਾ ਇਨਸਾਫ ਲੈਣ ਲਈ ਸਾਰੀਆਂ ਸੋਹਿਰਦ ਜਥੇਬੰਦੀਆਂ ਦੇ ਨਾਲ ਤਾਲਮੇਲ ਚੱਲ ਰਿਹਾ ਹੈ ਤੇ ਇਨਸਾਫ ਦੀ ਲੜਾਈ ਲਈ ਅਸੀਂ ਸਾਰੇ ਇੱਕ ਹਾਂ ਤੇ ਜਲਦੀ ਹੀ ਬਾਦਲ ਕੈਪਟਨ ਗੱਠ ਜੋੜ ਦੇ ਖਿਲਾਫ ਤਿੱਖਾ ਸੰਘਰਸ਼ ਵਿੱਡਿਆ ਜਾਵੇਗਾ ਦੋਸਤੋ ਤੁਹਾਨੂੰ ਕੀ ਲੱਗਦਾ ਬਾਦਲ ਤੇ ਕੈਪਟਨ ਵਾਕੇ ਹੀ ਗੱਠ ਜੋੜ ਕਰ ਰਹੇ ਹਨ ਤਾਂ ਕਮੈਂਟ ਸੈਕਸ਼ਨ ਚ ਯੈਸ ਜ਼ਰੂਰ ਲਿਖੋ ਨਹੀਂ ਤਾਂ ਤੁਸੀਂ ਨੋ ਵੀ ਲਿਖ ਸਕਦੇ ਹੋ ਭਾਰਤ ਨੇ ਕੋ ਮੰਤਰੀ ਉਡਾਨਾਂ ਤੇ ਪਾਬੰਦੀ ਚ 31 ਮਈ ਤੱਕ ਕੀਤਾ ਵਾਅਦਾ ਤੇਜ਼ੀ ਨਾਲ ਵਧ ਰਹੇ ਕੋਰੋਨਾ ਕੇਸਾਂ ਦੇ ਚੱਲਦਿਆਂ ਭਾਰਤ ਨੇ ਸ਼ੁੱਕਰਵਾਰ ਨੂੰ ਕੋ ਮੰਤਰੀ ਕਮਰਸ਼ੀਅਲ ਉਡਾਨਾਂ ਤੇ ਲੱਗੀ ਰੋਕ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਹੁਣ ਇਹ ਉਡਾਨਾਂ 31 ਮਈ ਤੱਕ ਬੰਦ ਰਹਿਣਗੀਆਂ ਕੋਵਿਡ-19 ਦੀ ਦੂਜੀ ਲਹਿਰ ਦੀ ਮਾਰ ਚੱਲ ਰੇ ਭਾਰਤ ਵਿੱਚ ਇਸ ਵੇਲੇ ਕਾਫੀ ਹਾਲਾਤ ਖਰਾਬ ਚੱਲ ਰਹੇ ਹਨ ਇਸ ਕਾਰਨ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੇ ਵਿਦੇਸ਼ੀ ਉਡਾਨਾਂ ਤੇ ਪਾਬੰਦੀ ਦੀ ਮਿਆਦ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਇਸ ਦੇ ਤਹਿਤ ਹੁਣ 31 ਮਈ ਤੱਕ ਵਿਦੇਸ਼ ਦੀ ਯਾਤਰਾ ਨਹੀਂ ਲੋਕ ਕਰ ਸਕਣਗੇ ਭਾਰਤ ਵਿੱਚ ਇਸ ਵੇਲੇ ਰੋਜ਼ਾਨਾ ਕੇਸਾਂ ਦੀ ਤੇਜ਼ੀ ਦੇ ਨਾਲ ਵਾਦਾ ਹੋ ਰਿਹਾ ਜੀ 386000 ਤੱਕ ਪਹੁੰਚ ਗਏ ਨੇ ਤੇ ਮੌਤਾਂ ਦੀ ਗਿਣਤੀ 3500 ਤੋਂ ਟੱਪ ਚੁੱਕੀ ਹੈ। ਮਾਲ ਅਧਿਕਾਰੀਆਂ ਵੱਲੋਂ ਸੋਮਵਾਰ ਤੋਂ ਸੂਬੇ ਭਰ ਦੇ ਵਿੱਚ ਕੰਮ ਕਾਜ ਠੱਪ ਕਰਨ ਦਾ ਫੈਸਲਾ ਸੋ ਦੋਸਤੋ ਵੱਡੀ ਖਬਰ ਆ। ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ। ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਮਾਲ ਅਧਿਕਾਰੀਆਂ ਦੇ ਵੱਲੋਂ ਸੋਮਵਾਰ ਤੋਂ ਸੂਬੇ ਦੇ ਵਿੱਚ ਕੰਮ ਕਾਜ ਠੱਪ ਕਰਦਾ ਫੈਸਲਾ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਲ ਅਧਿਕਾਰੀਆਂ ਦੀ ਜਥੇਬੰਦੀ ਦੇ ਆਗੂ ਤਹਿਸੀਲਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਦੀ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਲਈ ਜਥੇਬੰਦੀ ਵੱਲੋਂ 3 ਮਈ ਸੋਮਵਾਰ ਤੋਂ ਸੂਬੇ ਭਰ ਦੇ ਵਿੱਚ ਕੰਮ ਕਾਜ ਠੱਪ ਕਰਨ ਦਾ ਫੈਸਲਾ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਸੂਬੇ ਭਰ ਦੇ ਵਿੱਚ ਰਜਿਸਟ੍ਰੇਸ਼ਨ ਕਰਨ ਦਾ ਕੰਮ ਪੂਰੀ ਤਰ੍ਹਾਂ ਤੇ ਠੱਪ ਕੀਤਾ ਜਾਵੇਗਾ ਪਰ ਲੋਕ ਹਿੱਤ ਨੂੰ ਵੇਖਦੇ ਆ ਅਧਿਕਾਰੀ ਕੋਰੋਨਾ ਨਾਲ ਸੰਬੰਧੀ ਡਿਊਟੀਆਂ ਤੇ ਤੰਾਇਤ ਰਹਿਣਗੇ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਮੋੜ ਕੀਤੀ ਸਖਤੀ 15 ਮਈ ਤੱਕ ਵਧਾਈ ਨਾਈਟ ਕਰਫਿਊ ਦੀ ਮਿਆਦ ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਇਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਪੰਜਾਬ ਸਰਕਾਰ ਨੇ ਕੋਰੋਨਾ ਸੰਬੰਧੀ ਨਵੇਂ ਆਦੇਸ਼ ਜਾਰੀ ਕੀਤੇ ਹਨ ਇਹਨਾਂ ਦੇ ਮੁਤਾਬਕ ਨਾਈਟ ਕਰਫਿਊ ਦੀ ਮਿਆਦ ਦੋ ਹਫ਼ਤੇ ਹੋਰ ਵਧਾ ਦਿੱਤੀ ਗਈ ਹੈ ਜਾਨੀ ਕਿ ਹੁਣ ਨਾਈਟ ਕਰਫਿਊ 15 ਮਈ ਤੱਕ ਲਾਗੂ ਰਹੇਗਾ ਇਹ ਆਦੇਸ਼ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੇ ਨਾਈਟ ਕਰਫਿਊ ਦਾ ਆਰਡਰ ਪਹਿਲਾ ਪੰਜਾਬ ਸਰਕਾਰ ਨੇ 30 ਅਪ੍ਰੈਲ ਤੱਕ ਜਾਰੀ ਕੀਤਾ ਸੀ ਪਰ ਜਿਸ ਗਤੀ ਨਾਲ ਗਤੀ ਦੇ ਨਾਲ ਕੋਰੋਨਾ ਦੇ ਕੇਸ ਵਧ ਰਹੇ ਹਨ ਉਸ ਨੂੰ ਵੇਖਦੇ ਹੋਏ ਰਾਤ ਦੇ ਕਰਫਿਊ ਦੀ ਮਿਆਦ ਵਧਾਉਣ ਦੀ ਜ਼ਰੂਰਤ ਸੀ ਇਸ ਲਈ ਰਾਤ ਦਾ ਕਰਫਿਊ ਵਧਾ ਦਿੱਤਾ ਗਿਆ ਤੇ ਸਮਾ 6 ਤੋਂ ਸਵੇਰੇ 5 ਵਜੇ ਤੱਕ ਹੀ ਰਹੇਗਾ ਪੰਜਾਬ ਚੋਂ ਸੋਮਵਾਰ ਸਵੇਰ ਤੱਕ ਹੋਈ ਤਾਲਾਬੰਦੀ ਬੇਹੱਦ ਭਿਆਨਕ ਰੂਪ ਧਾਰਨ ਕਰਦੇ ਜਾ ਰਹੇ ਕਰੋਨਾ ਵਾਇਰਸ ਭਿਆਨਕ ਮਹਾਮਾਰੀ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ 5 ਵਜੇ ਤੋਂ ਬਾਅਦ ਸੋਮਵਾਰ ਸਵੇਰ ਤੱਕ ਤਾਲਾਬੰਦੀ ਸ਼ੁਰੂ ਹੋ ਗਈ ਆ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ ਜ਼ਰੂਰੀ ਵਸਤਵਾਂ ਵਾਲੀਆਂ ਦੁਕਾਨਾਂ ਨੂੰ ਛੱਡ ਕੇ ਸਨੇਚਰਵਾਰ ਅਤੇ ਐਤਵਾਰ ਨੂੰ ਸਾਰੇ ਬਾਜ਼ਾਰ ਬੰਦ ਰਹਿਣਗੇ ਮੁੱਖ ਮੰਤਰੀ ਵੱਲੋਂ ਜਲ ਸਰੋਤ ਵਿਭਾਗ ਨੂੰ ਪਾਣੀ ਬਚਾਉਣ ਦੀ ਹਦਾਇਤ ਵੀ ਰਾਨ ਟਿਊਬਵੈਲ ਬਦਲਣ ਲਈ ਵੀ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਜਲ ਸਰੋਤ ਵਿਭਾਗ ਨੂੰ ਨਹਿਰਾਂ ਦੇ ਨਵੀਨੀਕਰਨ ਦੇ ਲਈ ਹੋਰ ਖੇਤਰਾਂ ਦੀ ਪਛਾਣ ਕਰਨ ਦੇ ਲਈਆਂ ਹਦਾਇਤਾਂ ਦਿੱਤੀਆਂ ਤਾਂ ਜੋ ਪਾਣੀ ਦੇ ਰਿਸਾਅ ਨੂੰ ਨੱਥ ਪਾ ਕੇ ਪਾਣੀ ਵਰਗੀ ਮੁੱਢਲੀ ਦਾਤ ਨੂੰ ਬਚਾਇਆ ਜਾ ਸਕੇ ਕੰਡੀ ਖੇਤਰ ਦੇ ਵਿਚਾਲੇ 72 ਉਜਾੜ ਟਿਊਬਵੈਲਾਂ ਨੂੰ ਛੇਤੀ ਹੀ ਬਦਲ ਕੇ ਇਸ ਖੇਤਰ ਦੀ ਸਿੰਚਾਈ ਸਹੂਲਤ ਨੂੰ ਹੁਲਾਰਾ ਦੇਣ ਦੀ ਲੋੜ ਉੱਤੇ ਜੋੜ ਦਿੰਦੇ ਆ ਮੁੱਖ ਮੰਤਰੀ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਇਸ ਕਾਰਜ ਦੀ ਤਰਜੀਹੀ ਅਧਾਰ ਉੱਤੇ ਵੰਡ ਅਲਾਰਟ ਕਰਨ ਦੇ ਲਈ ਕਿਹਾ ਮੁੱਖ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੰਡੀ ਨਹਿਰ ਪੜਾਏਕ ਦੀ ਬਹਾਲੀ ਲਾਹੌਰ ਬ੍ਰਾਂਚ ਪ੍ਰਣਾਲੀ ਦੇ ਨਵੀਨੀਕਰਨ ਬਹਾਲੀ ਅਤੇ ਆਧੁਨਿਕੀਕਰਨ ਅਤੇ ਨਿਜਮਤ ਢਾਂਚਿਆਂ ਨੂੰ ਨਮਿਆਣ ਅਤੇ ਆਧੁਨਿਕ ਰੂਪ ਦੇਣ ਤੋਂ ਇਲਾਵਾ ਗਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਹੋਰ ਸਬੰਧਤ ਕੰਮ ਕੁਝ ਹੱਦਾਂ ਤੱਕ ਪੂਰੇ ਕੀਤੇ ਗਏ ਹਨ ਬਾਕੀ ਬਚਦੇ ਕੰਮਾਂ ਨੂੰ ਮੌਜੂਦਾ ਅਗਲੇ ਵਿੱਤੀ ਬਰੇ ਵਿੱਚ ਪੂਰਾ ਕੀਤਾ ਜਾਵੇਗਾ ਮੁੱਖ ਮੰਤਰੀ ਦੇ ਵੱਲੋਂ 918 ਪਿੰਡਾਂ ਵਿੱਚ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਵੀ ਆਦੇਸ਼ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜਲ ਸਪਲਾਈ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਨਹਿਰੀ ਵਿਭਾਗ ਦੀ ਸਪਲਾਈ ਬਾਰੇ ਚੱਲ ਰਹੇ 10 ਪ੍ਰੋਜੈਕਟਾਂ ਨੂੰ ਦਸੰਬਰ 2022 ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ 1032 ਕਰੋੜ ਰੁਪਏ ਦੀ ਲਾਗਤ ਵਾਲੇ ਇਹਨਾਂ ਪ੍ਰੋਜੈਕਟਾਂ ਚ ਪਟਿਆਲਾ ਫਤਿਹਗੜ੍ਹ ਸਾਹਿਬ ਗਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਦੇ ਪਾਣੀ ਦੀ ਗੁਣਵੱਤਾ ਤੋਂ ਪ੍ਰਭਾਵਿਤ ਅਤੇ ਰਾਹ ਵਿੱਚ ਪੈਂਦੇ 1021 ਪਿੰਡਾਂ ਨੂੰ ਸ਼ਾਮਲ ਕੀਤਾ ਜਾਣਾ ਹੈ ਇਸ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰੱਜੀਆ ਸੁਲਤਾਨਾ ਨੇ ਮੁੱਖ ਮੰਤਰੀ ਨੂੰ ਦੱਸਿਆ ਹੈ ਕਿ ਇਹਨਾਂ 10 ਪ੍ਰੋਜੈਕਟਾਂ ਤੋਂ ਇਲਾਵਾ ਸੂਬਾ ਸਰਕਾਰ ਨੇ ਗੁਣਵੱਤਾ ਪ੍ਰਭਾਵਿਤ 701 ਹੋਰ ਪਿੰਡਾਂ ਲਈ ਵੀ ਨਹਿਰੀ ਪਾਣੀ ਦੇ ਪੰਜ ਵੱਡੇ ਪ੍ਰੋਜੈਕਟ ਮਨਜ਼ੂਰ ਕੀਤੇ ਹਨ ਇਸ ਸਬੰਧੀ 1000 68 ਕਰੋੜ ਰੁਪਏ ਦੀ ਲਾਗਤ ਵਾਲੇ ਇਹਨਾਂ ਪ੍ਰੋਜੈਕਟਾਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ 95 ਪਿੰਡ, ਫਾਜ਼ਿਲਕਾ ਦੇ 342 ਪਿੰਡ ਤੇ ਹਸਿਆਰਪੁਰ ਜ਼ਿਲ੍ਹੇ ਦੇ ਪਾਣੀ ਦੀ ਕਮੀ ਵਾਲੇ 197 ਪਿੰਡ, ਰੂਪੜ ਦੇ 67 ਪਿੰਡ ਸ਼ਾਮਲ ਹਨ। ਇਹ ਕਾਰਜ ਜੂਨ 2021 ਵਿੱਚ ਸ਼ੁਰੂ ਹੋਣਗੇ। ਮੁੱਖ ਮੰਤਰੀ ਨੂੰ ਦੱਸਿਆ ਹੈ ਕਿ ਸਾਰੇ ਵਾਟਰ ਟ੍ਰੀਟਮੈਂਟ ਪਲਾਂਟ 30 ਸਤੰਬਰ 2021 ਤੱਕ ਕਾਰਜਸ਼ੀਲ ਹੋਣਗੇ। ਪਾਬੰਦੀ ਦੇ باوجود ਸਵੀਮਿੰਗ ਪੂਲ 'ਚ ਨਹਾ ਰਹੇ ਸਨ ਲੋਕ ਵੰਡਰਲੈਂਡ ਦੇ ਮਾਲਕ ਖਿਲਾਫ ਕੇਸ ਦਰਜ ਪੰਜਾਬ ਸਰਕਾਰ ਦੇ ਪਾਬੰਦੀ ਦੇ ਹੁਕਮਾਂ ਦੇ ਬਾਵਜੂਦ ਜਲੰਧਰ ਦੇ ਲਾਂਬੜਾ ਸਥਿਤ ਮਸ਼ਹੂਰ ਵੰਡਰਲੈਂਡ ਅਮਿਊਜਮੈਂਟ ਪਾਰਕ ਦੇ ਵਿੱਚ ਸਵੀਮ ਸਵੀਮਿੰਗ ਪੂਲ ਚੱਲ ਰਿਹਾ ਸੀ ਲੋਕ ਉੱਥੇ ਨਹਾ ਰਹੇ ਸੀ ਇਸ ਦੀ ਸੂਚਨਾ ਮਿਲੀ ਤਾਂ ਥਾਣਾ ਲਾਂਬੜਾ ਦੇ ਐਸਐਚਓ ਇੰਸਪੈਕਟਰ ਕਸ਼ਮੀਰ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਉੱਥੇ ਰੇਡ ਕੀਤੀ ਤੇ ਮੌਕੇ ਤੇ ਹੀ スイミング पूल ਦੇ ਵਿੱਚ ਨਹਾਉਂਦੇ ਹੋਏ ਲੋਕ ਮਿਲੇ ਉਥੋਂ ਸਮੂਹ ਤੇ ਇਕੱਠੇ ਕਰਨ ਤੋਂ ਬਾਅਦ ਪੁਲਿਸ ਨੇ ਵੰਡਰਲੈਂਡ ਦੇ ਮਾਲਕ ਕੁਲਵੰਤ ਸਿੰਘ ਦੇ ਖਿਲਾਫ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੇ ਨਾਲ ਕਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਲਾਪਰਵਾਹੀ ਵਰਤਣ ਦੀਆਂ ਤਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਕਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਈ ਯੂਨਾਈਟਿਡ ਸਿੱਖ ਸੰਸਥਾ ਮੁਫਤ ਦਿੱਤੀ ਜਾ ਰਹੀ ਹੈ ਆਕਸੀਜਨ ਦੇਸ਼ਪੁਰ ਦੇ ਵਿੱਚ ਕਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ ਜੀ ਇਸੇ ਦੌਰਾਨ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ ਤੇ ਆਕਸੀਜਨ ਦੀ ਕਮੀ ਕਰਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਰਹੀ ਹੈ ਇਸ ਮੁਸ਼ਕਲ ਸਮੇਂ ਦੇ ਵਿੱਚ ਸਮਾਜ ਸੇਵੀ ਸੰਸਥਾ ਯੂਨਾਈਟਿਡ ਸਿਕਸ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਸੰਸਥਾ ਵੱਲੋਂ ਵੱਖ-ਵੱਖ ਥਾਵਾਂ ਤੋਂ ਆਕਸੀਜਨ ਸਿਲੰਡਰ ਇਕੱਠੇ ਕਰਕੇ ਦਿੱਲੀ ਦੇ ਵਿੱਚ ਲੋਕਾਂ ਨੂੰ ਮੁਫਤ ਆਕਸੀਜਨ ਦਿੱਤੀ ਜਾ ਰਹੀ ਹੈ ਦਿੱਲੀ ਤੋਂ ਆਏ ਯੂਨਾਈਟਿਡ 6 ਦੇ ਡਾਇਰੈਕਟਰ ਜਸਮਿਤ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਆਕਸੀਜਨ ਦੀ ਬਹੁਤ ਜ਼ਿਆਦਾ ਕਿੱਲਤ ਹੋਣ ਦੇ ਕਰਕੇ ਖਾਲੀ ਸਿਲੰਡਰ ਵੀ ਨਹੀਂ ਮਿਲ ਰਹੇ ਜਿਸ ਕਰਕੇ ਉਹਨਾਂ ਦੀ ਟੀਮ ਨੂੰ ਪੰਜਾਬ ਦੇ ਵਿੱਚੋਂ ਸਿਲੰਡਰਾਂ ਦਾ ਬੰਦੋਬਸਤ ਕਰਨ ਦੇ ਲਈ ਕਿਹਾ ਗਿਆ ਹੈ। ਵਧਾਇਕ ਪਿੰਕੀ ਵੱਲੋਂ ਕਰੋਨਾ ਟੀਕਾ ਕਰਨ ਤੁਹਾਡੇ ਦਰਵਾਜ਼ੇ ਤੱਕ ਮੁਹਿੰਮ ਦੀ ਸ਼ੁਰੂਆਤ ਕੋਵਿਡ-19 ਦੀ ਰੋਕਥਾਮ ਦੇ ਲਈ ਅਤੇ ਉਸ ਤੋਂ ਬਚਾਅ ਲਈ ਵੱਧ ਤੋਂ ਵੱਧ ਲੋਕਾਂ ਨੂੰ ਕੋਵਿਡ ਟੀਕਾ ਵੈਕਸੀਨੇਸ਼ਨ ਲਗਵਾਉਣ ਦੇ ਮਕਸਦ ਨਾਲ ਵਿਧਾਇਕ ਪਰਮਿੰਦਰ ਪਿੰਕੀ ਦੇ ਵੱਲੋਂ ਕਰੋਨਾ ਟੀਕਾਕਰਨ ਤੁਹਾਡੇ ਦਰਵਾਜ਼ੇ ਤੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਨੂੰ ਹਲਕੇ ਦੇ ਸਮੂਹ ਵਾਰਡਾਂ ਤੇ ਵੱਖ-ਵੱਖ ਪਿੰਡਾਂ ਵਿੱਚ ਕਰੋਨਾ ਟੀਕਾ ਕਰਨ ਦੇ ਕੈਂਪ ਲਾਏ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਅੱਜ ਵਾਰਡ ਨੰਬਰ 26 ਦੇ ਗੁਰਦੁਆਰਾ ਸਾਹਿਬ ਧਵਨ ਕਨੌਲਲੀ ਤੇ ਡੇਰਾ ਸਤਨਾਮ ਅਨਾਮੀ ਇੱਛੇਵਾਲਾ ਰੋਡ ਫਿਰੋਜ਼ਪੁਰ ਦੇ ਵਿਖੇ ਕੋਵਿਡ-19 ਟੀਕਾ ਕਰਨ ਦਾ ਕੈਂਪ ਲਾਇਆ ਗਿਆ ਸੀਨੀਅਰ ਮੈਨੇਜਰ ਅਤੇ ਟਾਈਪਿਸਟਾਂ ਦੀਆਂ 800 ਤੋਂ ਵੱਧ ਪੋਸਟਾਂ ਤੇ ਨਿਕਲੀ ਭਰਤੀ ਜਾਣੋ ਡਿਟੇਲ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਨੇ ਵਿਭਿੰਨ ਅਹੁਦਿਆਂ ਤੇ ਭਰਤੀਆਂ ਕੱਢੀਆਂ ਹਨ ਇਸੇ ਦੇ ਤਹਿਤ ਬੈਂਕ ਸੀਨੀਅਰ ਮੈਨੇਜਰ ਮੈਨੇਜਰ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਅਤੇ ਸਟੈਨੋ ਟਾਈਪਿਸਟ ਦੇ ਅਹੁਦਿਆਂ ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ ਜਇਹੇ ਵਿੱਚ ਇਹਨਾਂ ਅਹੁਦਿਆਂ ਦੇ ਇੱਛਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ਪੀਐਸ cbrecruitment.org ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ ਉਮੀਦਵਾਰ ਧਿਆਨ ਦੇਣ ਇਹਨਾਂ ਪੋਸਟਾਂ ਲਈ ਅਰਜ਼ੀਆਂ ਦੇਣ ਦੀ ਤਾਰੀਖ 20 ਮਈ 2021 ਹੈ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਕਲਰਕ ਕੰਮ ਡਾਟਾ ਐਂਟਰੀ ਆਪਰੇਟਰਾਂ ਦੇ 739 ਸੀਨੀਅਰ ਮੈਨੇਜਰ 40 ਤੇ ਮੈਨੇਜਰ ਦੀਆਂ 60 ਅਤੇ ਸਟੈਨੋ ਟਾਈਪਿਸਟ ਦੀਆਂ 10 ਪੋਸਟਾਂ ਲਈ ਨਿਯੁਕਤੀਆਂ ਕੀਤੀਆਂ ਜਾਣਗੀਆਂ ਅਵਧਿਆ ਤੇ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਅਧਿਕਾਰਤ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ੍ਹ ਲਓ ਉਸ ਤੋਂ ਬਾਅਦ ਹੀ ਅਪਲਾਈ ਕਰੋ ਜੇਕਰ ਕੋਈ ਗੜਬੜੀ ਪਾਈ ਜਾਂਦੀ ਆ ਤਾਂ ਫਿਰ ਐਪਲੀਕੇਸ਼ਨ ਲੈਟਰ ਰਿਜੈਕਟ ਕਰ ਦਿੱਤਾ ਜਾਵੇਗਾ ਅਪਲਾਈ ਕਰਨ ਦੇ ਲਈ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਸਟਰੀਮ ਦੇ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਆ ਉਮੀਦਵਾਰ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਕੇਂਦਰ ਨੇ ਰਾਸ਼ਟਰੀ ਤਾਲਾਬੰਦੀ ਦੀ ਸੰਭਾਵਨਾ ਤੋਂ ਕੀਤਾ ਇਨਕਾਰ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਸ ਨੈਸ਼ਨਲ ਆਫਤ ਪ੍ਰਬੰਧਨ ਐਕਟ 2005 ਦੇ ਤਹਿਤ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦੇ ਗਏ ਹਨ ਤੇ ਕੇਂਦਰ ਨੇ ਕੋਵਿਡ-19 ਦੇ ਵਾਧੇ ਦੇ ਬਾਵਜੂਦ ਕੌਮੀ ਤਾਲਾਬੰਦੀ ਤੋਂ ਇਨਕਾਰ ਕਰ ਦਿੱਤਾ ਹੈ ਹਾਲਾਂਕਿ ਰਾਜਾਂ ਦੇ ਤੇ ਕੇਂਦਰ ਸਾਸਤ ਪ੍ਰਦੇਸ਼ਾਂ ਨੂੰ ਹਾਲ ਹੀ ਦੇ ਵਿੱਚ ਸਿਹਤ ਮੰਤਰਾਲੇ ਵੱਲੋਂ ਸੁਝਾਏ ਗਏ ਰੋਕਥਾਮ ਉਪਾਵਾਂ ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਦੇ ਵਿੱਚ ਇਹ ਜਾਣਕਾਰੀ ਦੇਤੀ ਗਈ ਆ ਐਮਐਚਏ ਨੇ ਇਹਨਾਂ ਸੂਬਿਆਂ ਤੇ ਕੇਂਦਰ ਸਾਸਤ ਪ੍ਰਦੇਸ਼ਾਂ ਨੂੰ ਸਾਰੇ ਪ੍ਰੋਟੋਕੋਲ ਫਾਲੋ ਕਰਨ ਲਈ ਕਿਹਾ ਹੈ ਪਿਛਲੇ ਹਫਤੇ ਦੇ ਵਿੱਚ ਸਿਹਤ ਮੰਤਰਾਲੇ ਨੇ ਰਾਜਾਂ ਦੇ ਕੇਂਦਰ ਸਾਸਤ ਪ੍ਰਦੇਸ਼ਾਂ ਨੂੰ ਅਜਿਹੇ ਜ਼ਿਲ੍ਹਿਆਂ ਦੀ ਪਛਾਣ ਕਰਨ ਲਈ ਕਿਹਾ ਸੀ ਜਿੱਥੇ ਹਫਤੇ ਤੋਂ ਪੋਜ਼ਿਟਿਵ ਮਾਮਲਿਆਂ ਦੀ ਦਰ ਵਿੱਚ 10% ਤੋਂ ਜ਼ਿਆਦਾ ਵਾਧੂ ਸੀ ਜਾਂ ਜਿੱਥੇ 60% ਤੋਂ ਵਧੇਰੇ ਬੈੱਡ ਰਿਜ਼ਰਵ ਸਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵਧੇਰੇ ਸਾਵਧਾਨੀ ਵਰਤਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਇਸ ਹੁਕਮ ਦੇ 10 ਵੱਡੇ ਰਾਜਾਂ ਦੇ ਸ਼ਹਿਰਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ ਜਿਨ੍ਹਾਂ ਦੇ ਵਿੱਚ ਬਹੁਤੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਦਿੱਲੀ, ਮੁੰਬਈ, ਅਹਮਦਾਬਾਦ, ਸੂਰਤ ਅਤੇ ਲਖਨਊ ਸ਼ਾਮਲ ਹਨ ਐਮਐਚ ਨੇ ਰਾਜਾਂ ਨੂੰ ਕੋਵਿਡ-19 ਪ੍ਰਬੰਧਨ ਦੀ ਕੌਮੀ ਨਿਰਦੇਸ਼ਾਂ ਦੇ ਪਾਲਨਾ ਕਰਨ ਲਈ ਕਿਹਾ ਜਿਸ ਦੇ ਵਿੱਚ ਫੇਸ ਮਾਸਕ ਦੀ ਵਰਤੋਂ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ ਅਤੇ ਸਾਬਣ ਨਾਲ ਹੱਥ ਧੋਣ ਦੀ ਲਗਾਤਾਰ ਸਫਾਈ ਸ਼ਾਮਲ ਹੈ ਕੋਰੋਨਾ ਦੇ ਦੌਰਾਨ ਬੋਰਡ ਦੇ ਨਾਲ ਸਬੰਧਤ ਸ਼੍ਰੇਣੀਆਂ 'ਚ ਦਾਖਲਾ ਲੈਣ ਲਈ ਸ਼ਡਿਊਲ ਜਾਰੀ ਸਿੱਖਿਆ ਬੋਰਡ ਦੇ ਵੱਲੋਂ ਅਕਾਦਮਿਕ ਬੋਰਡ ਸਾਲ 2021 ਅਤੇ 22 ਦੌਰਾਨ ਬੋਰਡ ਦੇ ਨਾਲ ਸਬੰਧਤ ਸ਼੍ਰੇਣੀਆਂ ਦੇ ਵਿੱਚ ਦਾਖਲਾ ਲੈਣ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਸ਼ਡਿਊਲ ਨਿਰਧਾਰਤ ਕਰ ਦਿੱਤਾ ਗਿਆ ਹੈ ਪ੍ਰੈਸ ਨੂੰ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਸਿੱਖਿਆ ਬੋਰਡ ਵੱਲੋਂ ਸਬੰਧਤ ਸ਼੍ਰੇਣੀਆਂ 5ਵੀਂ 8ਵੀਂ 9ਵੀਂ 10ਵੀਂ 11ਵੀਂ ਅਤੇ 12ਵੀਂ ਦੇ ਵਿਦਿਆਰਥੀ ਸ਼ੈਡਿਊਲ ਦੇ ਅਨੁਸਾਰ 31 ਅਗਸਤ ਤੱਕ ਸਰਕਾਰੀ ਐਡਿਟ ਸਿੱਖਿਆ ਬੋਰਡ ਨਾਲ ਅਫੀਲੀਏਟਡ ਅਤੇ ਐਸੋਸੀਏਟਡ ਸੰਸਥਾਵਾਂ ਵਿੱਚ ਦਾਖਲਾ ਲੈ ਸਕਣਗੇ ਸਿੱਖਿਆ ਬੋਰਡ ਨਾਲ ਸੰਬੰਧਤ ਸਮੂਹ ਸੰਸਥਾਵਾਂ ਦੇ ਮੁਖੀਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਚੋਣ ਕਮਿਸ਼ਨ ਨੇ ਹਾਈ ਕੋਰਟ ਨੂੰ ਕੀਤੀ ਮੀਡੀਆ ਰਿਪੋਰਟਿੰਗ ਤੇ ਰੋਕ ਲਾਉਣ ਦੀ ਅਪੀਲ ਮਦਰਾਸ ਹਾਈ ਕੋਰਟ ਨੇ ਕਰੋਨਾ ਦੀ ਝੜ ਤੋਂ ਬਾਅਦ ਚੋਣ ਕਮਿਸ਼ਨ ਨੇ ਵਿਧਾਨ ਸਭਾ ਵਿੱਚ ਚੋਣਾਂ ਦੇ ਵਿੱਚ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਜੇਤੂ ਜਲੂਸ ਕੱਢਣ ਤੇ ਪਾਬੰਦੀ ਭਲੇ ਲਾ ਦਿੱਤੀ ਹੈ ਪਰ ਚੋਣ ਕਮਿਸ਼ਨ ਨੇ ਹਾਈ ਕੋਰਟ ਨੂੰ ਮੀਡੀਆ ਦੀ ਰਿਪੋਰਟਿੰਗ ਤੇ ਲੋਕ ਅਰੋਗ ਲਾਉਣ ਦੀ ਅਪੀਲ ਕੀਤੀ ਹੈ ਚੋਣ ਕਮਿਸ਼ਨ ਨੇ ਆਪਣੀ ਪਟੀਸ਼ਨ ਚੁੱਕਿਆ ਹੈ ਮਦਰਾਸ ਹਾਈ ਕੋਰਟ ਦੀ ਜ਼ੁਬਾਨੀ ਟਿੱਪਣੀਆਂ ਦੀਆਂ ਮੀਡੀਆ ਰਿਪੋਰਟਾਂ ਦੁਆਰਾ ਪਰੇਸ਼ਾਨ ਹਨ ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਇਹਨਾਂ ਰਿਪੋਰਟਾਂ ਨੇ ਚੋਣ ਕਮਿਸ਼ਨ ਦੇ ਅਕਸ ਨੂੰ ਇੱਕ ਸਤੰਤਰ ਸंवਿਧਾਨਿਕ ਏਜੰਸੀ ਦੇ ਰੂਪ ਵਿੱਚ ਧੁੰਦਲਾ ਕਰ ਦਿੱਤਾ ਜਿਸ ਨੂੰ ਚੋਣ ਸੰਚਾਲਨ ਦੀ ਸੰਵਿਧਾਨਕ ਜ਼ਿੰਮੇਵਾਰੀ ਸੌਂਪੀ ਗਈ ਹੈ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਅਦਾਲਤ ਦੀਆਂ ਖਬਰਾਂ ਨੂੰ ਮੀਡੀਆ ਦੇ ਵਿੱਚ ਵਿਖਾਇਆ ਜਾ ਰਿਹਾ ਹੈ ਖਾਸ ਕਰਕੇ ਚੋਣ ਕਮਿਸ਼ਨ ਨਾਲ ਜੁੜੀਆਂ ਖਬਰਾਂ ਜੋ ਦਿਖ ਰਹੀਆਂ ਹਨ ਉਸ ਨੂੰ ਸੰਵਿਧਾਨਿਕ ਸੰਸਥਾ ਤੇ ਸਵਾਲ ਖੜੇ ਕੀਤੇ ਨੇ ਹਾਈ ਕੋਰਟ ਨੇ ਕਰੋਨਾ ਵਧਨ ਦੇ ਲਈ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਤੇ ਛਾੜ ਵੀ ਪਾਈ ਸੀ ਯੂਥ ਅਕਾਲੀ ਦਲ ਦੇ ਵੱਲੋਂ ਪਲਾਜ਼ਮਾ ਬੈਂਕ ਸਥਾਪਿਤ ਕਰਨ ਦਾ ਐਲਾਨ 200 ਡੋਨਰ ਤਿਆਰ ਬਰ ਬਰ ਤਿਆਰ ਹਨ ਉਹ ਪਲਾਜ਼ਮਾ ਦਾਨ ਕਰਨ ਲਈ ਪ੍ਰਕਿਰਿਆ ਤੁਰੰਤ ਸ਼ੁਰੂ ਕਰ ਦਿੱਤੀ ਗਈ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਵੰਸ ਸਿੰਘ ਰੁਮਾਨਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਪੀਲ ਦੇ ਮਗਰੋਂ ਇਹ ਬੈਂਕ ਸਥਾਪਿਤ ਕੀਤਾ ਦੱਸਿਆ ਹੈ ਕਿ ਯੂਥ ਅਕਾਲੀ ਦਲ ਦੇ ਹੋਰ ਯੋਗ ਡੋਨਰਾਂ ਦੇ ਤੱਕ ਪਹੁੰਚ ਕਰੇਗਾ ਉਹਨਾਂ ਨੇ ਦੱਸਿਆ ਹੈ ਕਿ ਸਾਬਕਾ ਮੰਤਰੀ ਵਿਕਰਮ ਮਜੀਠੀਆ ਜੋ ਕਰੋਨਾ ਪੋਜ਼ਿਟਿਵ ਆ ਗਏ ਸਨ ਸਮੇਤ ਅਕਾਲੀ ਲੀਡਰ ਨੇ ਵੀ ਪਹਿਲ ਗਤਮੀ ਵਾਸਤੇ ਰਜਿਸਟ੍ਰੇਸ਼ਨ ਕਰਵਾਈ ਹੈ ਪੰਜਾਬ ਸਰਕਾਰ ਨੇ 12 ਪੀਸੀਐਸ ਅਧਿਕਾਰੀਆਂ ਨੂੰ ਆਈਏਐਸ ਵੱਜੋਂ ਕੀਤਾ ਪ੍ਰਮੋਟ ਪੰਜਾਬ ਸਰਕਾਰ ਨੇ 12 ਪੀਸੀਐਸ ਅਧਿਕਾਰੀਆਂ ਨੂੰ ਆਈਏਐਸ ਵੱਜੋਂ ਪ੍ਰਮੋਟ ਕਰਨ ਦੀ ਮਨਜ਼ੂਰੀ ਦੇ ਦਿੱਤੀ ਆ ਤੇ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ ਪ੍ਰਮੋਟ ਹੋਏ 12 ਪੀਪੀਐਸ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ ਮੇਰੇ ਵੱਲੋਂ ਦਿੱਤੀ ਗਈ ਰਿਪੋਰਟ ਦਾ ਇੱਕ ਇੱਕ ਲਾਈਨ ਸਬੂਤ ਹੈ ਕਮਰ ਵਿਜੇ ਪ੍ਰਤਾਪ ਸਿੰਘ ਜਥੇਦਾਰ ਬਲਜੀਤ ਸਿੰਘ ਦਾਦੂ ਵੱਲੋਂ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਕੀਤਾ ਗਿਆ ਸਨਮਾਨਤ ਅੱਜ ਅੰਮ੍ਰਿਤਸਰ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਸ੍ਰੀ ਹਰਮੰਦਰ ਸਾਹਿਬ ਦੇ ਕੋਰੀਡੋਰ ਵਿਖੇ ਸਾਬਕਾ ਆਈਜੀ ਕਮਰ ਵਿਜੇ ਪ੍ਰਤਾਪ ਸਿੰਘ ਨੂੰ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੋਲਦੇ ਹੋਏ ਬਲਜੀਤ ਦਾਦੂਵਾਲ ਨੇ ਕਿਹਾ ਜਿਹੜਾ ਕੰਮ ਕੋਈ ਅਫਸਰ ਨਹੀਂ ਕਰ ਸਕਿਆ ਉਹ ਕਮਰ ਵਿਜੇ ਪ੍ਰਤਾਪ ਨੇ ਕਰ ਵਿਖਾਇਆ ਉਹਨਾਂ ਨੇ ਕਿਹਾ ਭਾਵੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਰਿਪੋਰਟਾਂ ਰੱਦ ਕਰ ਦਿੱਤੀਆਂ ਗਈਆਂ ਨਵੀਆਂ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਪਰ ਇੱਕ ਅਫਸਰ ਦੇ ਵੱਜੋਂ ਜੋ ਡਿਊਟੀ ਕਮਰ ਵਿਜੇ ਪ੍ਰਤਾਪ ਨੇ ਨਿਭਾਈਆ ਉਹੋ ਸ਼ਲਾਂਗਾ ਜੋਗ ਇਸ ਕਾਰਨ ਅੱਜ ਉਹਨਾਂ ਦੀ ਇਸ ਛਲੰਗ ਵਾਲੀ ਕੀਤੇ ਕਾਰਜ ਨੂੰ ਵੇਖਦਿਆਂ ਸੰਤਾਨ ਨੇ ਸੰਜੋਗ ਦੇ ਵਜੋਂ 골ਡ ਮੈਡਲ ਨਾਲ ਨਿਵਾਜਿਆ ਹੈ। ਪੰਜਾਬ ਨੇ ਕਣਕ ਦੀ ਖਰੀਦ ਦਾ 100 ਲੱਖ ਮੀਟਰਿਕ ਟਨ ਦਾ ਅੰਕੜਾ ਕੀਤਾ ਪਾਰ ਸੰਗਰੂ ਰਿਹਾ ਸਭ ਤੋਂ ਮੋਹਰੀ। ਰਿਸ਼ਵਤ ਲੈਣ ਦੇ ਮਾਮਲੇ ਵਿੱਚ ਇੱਕ ਸਿਹਤ ਕੇਂਦਰ ਦਾ ਮੁਖੀ ਡਾਕਟਰ ਵਿਜੀਲੈਂਸ ਦੇ ਵੱਲੋਂ ਕਾਬੂ। ਸੋ ਵੱਡੀ ਖਬਰ ਹੈ ਜੀ ਅੰਮ੍ਰਿਤਸਰ ਵਿਜੀਲੈਂਸ ਵੱਲੋਂ ਸਿਹਤ ਵਿਭਾਗ ਦਾ ਡਾਕਟਰ ਰਾਜੂ ਚੋਹਣ ਜੋ ਕਿ ਇੱਕ ਸਿਹਤ ਕੇਂਦਰ ਵਿਚ ਬਤੌਰ ਮੁਖੀ ਡਿਊਟੀ ਨਿਭਾ ਰਿਹਾ ਸੀ ਨੂੰ ਅੱਜ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਕਿਰਗੀ ਮੋਦੀ ਸਰਕਾਰ ਸੁਪਰੀਮ ਕੋਰਟ ਵੱਲੋਂ ਸਵਾਲਾਂ ਦੀ ਪੁੱਛਾੜ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਰੋਨਾ ਮਹਾਮਾਰੀ ਦੇ ਮਾਮਲੇ ਵਿੱਚ ਕੇਂਦਰ ਦੇ ਵੱਲੋਂ ਉਠਾਏ ਗਏ ਕਦਮਾਂ ਨੂੰ ਲੈ ਕੇ ਸੁਣਵਾਈ ਕੀਤੀ ਸੁਣਵਾਈ ਦੇ ਦੌਰਾਨ ਅਦਾਲਤ ਨੇ ਕੇਂਦਰ ਨੂੰ ਟੈਸਟਿੰਗ ਆਕਸੀਜਨ ਤੇ ਵੈਕਸੀਨੇਸ਼ਨ ਨੂੰ ਲੈ ਕੇ ਚੁੱਕੇ ਗਏ ਕਦਮਾਂ ਬਾਰੇ ਸਵਾਲ ਕੀਤਾ ਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਦਰਦ ਬਿਆਨ ਕਰ ਰਹੇ ਲੋਕਾਂ ਅਤੇ ਡਾਕਟਰਾਂ ਤੇ ਨਰਸਾਂ ਦਾ ਵੀ ਮੁੱਦਾ ਉਠਾਇਆ ਸੁਪਰੀਮ ਕੋਰਟ ਨੇ ਕਿਹਾ ਕਿ ਲਗਾਤਾਰ ਸੇਵਾ ਦੇ ਰਹੇ ਡਾਕਟਰਾਂ ਤੇ ਨਰਸਾਂ ਦੀ ਬਹੁਤ ਮਾੜੀ ਹਾਲਤ ਹੈ ਭਾਵੇਂ ਪ੍ਰਾਈਵੇਟ ਹੋਣ ਜਾਂ ਸਰਕਾਰੀ ਹਸਪਤਾਲ ਉਹਨਾਂ ਨੂੰ ਉਚਿਤ ਆਰਥਿਕ ਪ੍ਰੋਤਸਾਹਨ ਮਿਲਣਾ ਚਾਹੀਦਾ ਆਖਰੀ ਸਾਲ ਤੋਂ 25000 ਮੈਡੀਕਲ ਵਿਦਿਆਰਥੀਆਂ ਤੇ ਨਰਸਿੰਗ ਦੀਆਂ 2 ਲੱਖ ਵਿਦਿਆਰਥੀਆਂ ਨੂੰ ਵੀ ਮਦਦ ਲੈਣ ਬਾਰੇ ਵਿਚਾਰ ਹੋਣਾ ਚਾਹੀਦਾ ਅਦਾਲਤ ਨੇ ਕਿਹਾ ਕਿ ਸਰਕਾਰੀ ਰਾਸ਼ਟਰੀ ਪੱਧਰ ਉਤੇ ਟੀਕਾ ਕਰਨ ਮਹਿੰਮ ਦੇ ਉੱਤੇ ਵਿਚਾਰ ਕੀਤੇ ਤੇ ਲੋਕਾਂ ਨੂੰ ਮੁਫਤ ਟੀਕਾ ਕਰਨ ਦੀ ਸਹੂਲਤ ਦਿੱਤੀ ਜਾਵੇ ਇਹ ਵੈਕਸੀਨ ਨਿਰਮਾਤਾ ਕੰਪਨੀ ਉੱਤੇ ਨਹੀਂ ਛੱਡਿਆ ਜਾ ਸਕਦਾ ਉਹਨਾਂ ਨੇ ਕਿਸੇ ਵੀ ਰਾਜ ਵਿੱਚ ਕਿੰਨੀ ਵੈਕਸੀਨ ਉਪਲਬਧ ਕਰਵਾਏਗੀ ਇਹ ਕੇਂਦਰ ਦੇ ਕੰਟਰੋਲ ਦੇ ਵਿੱਚ ਹੋਣਾ ਚਾਹੀਦਾ ਹੈ ਤਾਲਾਬੰਦੀ ਦੇ ਖਦਸ਼ੇ ਕਰਨ ਪੰਜਾਬ ਛੱਡ ਭੱਜਣ ਲੱਗੇ ਪ੍ਰਵਾਸੀ ਮਜ਼ਦੂਰ ਕਰੋਨਾ ਨਿਯਮਾਂ ਨੂੰ ਕਰਨ ਲੱਗੇ ਅਨ ਦੇਖਿਆ ਸੋ ਵੱਡੀ ਖਬਰ ਹੈ ਜੀ ਦੂਜੇ ਪਾਸੇ ਮਈ ਦੇ ਪਹਿਲੇ ਹਫਤੇ ਤੋਂ ਸੂਬੇ ਭਰ ਦੇ ਵਿੱਚ ਲਾਕਡਾਊਨ ਦੀਆਂ ਤਿਆਰੀਆਂ ਦੀਆਂ ਡਰ ਰਹੀਆਂ ਅਪਵਾਹਾ ਕਰਕੇ ਪੰਜਾਬ ਦੇ ਵਿੱਚੋਂ ਪ੍ਰਵਾਸੀ ਮਜ਼ਦੂਰ ਆਪਣਾ ਬੂਰੀਆ ਬਿਸਤਰਾ ਬੰਨ੍ਹ ਕੇ ਵਤਨ ਜਾਣ ਲੱਗੇ ਹਨ ਪਿਛਲੇ ਬਰੇ ਕਰੋਨਾ ਕਾਲ ਦੌਰਾਨ ਸਮੁੱਚਾ ਕਾਰੋਬਾਰ ਠੱਪ ਹੋਣ ਕਰਕੇ ਭੁੱਖਮਰੀ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰ ਪਹਿਲਾਂ ਹੀ ਬਹੁਤ ਥੋੜੀ ਗਿਣਤੀ ਵਿੱਚ ਪੰਜਾਬ ਆਏ ਸਨ ਤੇ 4 ਮਹੀਨੇ ਪਹਿਲਾਂ ਇਹਨਾਂ ਵਿੱਚੋਂ ਬਹੁਤੇ ਮਜ਼ਦੂਰਾਂ ਨੇ ਮੁੜ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਪੂਰਾ ਕੰਮ ਵੀ ਨਹੀਂ ਚੱਲਿਆ ਸੀ ਕਿ ਹੁਣ ਫਿਰ ਅੱਧ ਵੱਟੇ ਛੱਡ ਕੇ ਇਹਨਾਂ ਨੂੰ ਭਰੇ ਮਾਨ ਨਾਲ ਆਪਣੇ ਘਰਾਂ ਨੂੰ ਰਵਾਨਾ ਹੋਣਾ ਪੈ ਰਿਹਾ ਹੈ ਇਟਲੀ ਚੋਂ ਭਾਰਤੀਆਂ ਤੇ ਕਰੋਨਾ ਦਾ ਕੇਰ ਨਿਰੰਤਰ جاری 87 ਹੋਰ ਭਾਰਤੀ ਨਿਕਲੇ ਪੋਜ਼ਿਟਿਵ ਹੁਣ ਦੂਜੀ ਲਹਿਰ ਇਟਲੀ ਦੀ ਨੇ ਭਾਰਤੀ ਪਾਇਚਾਰੀ ਨੂੰ ਨਿਰੰਤਰ ਆਪਣਾ ਸ਼ਿਕਾਰ ਬਣਾਉਂਦੀ ਜਾ ਰਹੀ ਹੈ ਜਿਸ ਕਾਰਨ ਸਥਾਨਕ ਪ੍ਰਸ਼ਾਸਨ ਬਹੁਤ ਚਿੰਤਤ ਹੈ ਇਸ ਦੇ ਵੱਲੋਂ ਦੇਸ਼ ਚੋਂ ਕੋਵਿਡ ਮੁਕਤ ਕਰਨ ਦੇ ਲਈ ਵਿਸ਼ੇਸ਼ ਕੋਵਿਡ-19 ਟੈਸਟ ਕੈਂਪ ਲਾਏ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਲਾਸੀਓ ਸੂਬੇ ਦੇ ਵਿੱਚ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਸਬੂਦੀਆ ਨੇੜੇ ਬੇਲਾਫਾਰਨੀਆ ਵਿਖੇ ਮੁਫਤ ਵਿਸ਼ੇਸ਼ ਕੋਵਿਡ ਕੈਂਪ ਲਾਇਆ ਗਿਆ ਬਿਆਦਵੀ ਮਾਮਲੇ ਤੇ ਹਾਈ ਕੋਰਟ ਦੇ ਫੈਸਲੇ ਦੀਆਂ ਸਾੜੀਆਂ ਕਾਪੀਆਂ ਸੋ ਵੱਡੀ ਖਬਰ ਆ ਸੰਗਰੂਰ ਤੋਂ ਜਿੱਥੇ ਅਕਾਲ ਤਖਤ ਦੇ ਸਾਫਖਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਸੱਦੇ ਉੱਪਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਥਾਨਕ ਨਾਨਕਿਆਣਾ ਚੌਕ ਵਿਖੇ ਬਿਆਦਵੀ ਮਾਮਲੇ ਤੇ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜੀਆਂ ਤੇ ਤਿੱਖੀ ਨਾਰੇਬਾਜ਼ੀ ਕੀਤੀ ਰੇਲਵੇ ਲਾਈਨ ਨੇੜੇ ਝੁੱਗੀਆਂ 'ਚੋਂ ਲੱਗੀ ਅੱਗ ਸਿਲੰਡਰ ਫਟਣ ਨਾਲ 8 ਝੁੱਗੀਆਂ ਸੜ ਕੇ ਹੋਈਆਂ ਸੁਆਹ ਸੋ ਸਾਰਾ ਘਰੇਲੂ ਸਮਾਨ ਸੜ ਗਿਆ ਸੋ ਸ੍ਰੀ ਮੁਕਸਰ ਸਾਹਿਬ ਦੇ ਸਚਦੇਵਾ ਗੈਂਸ ਏਜੰਸੀ ਵਾਲੀ ਗਲੀ ਵਿੱਚ ਰੇਲਵੇ ਲਾਈਨ ਦੇ ਨੇੜੇ ਸ਼ੁੱਕਰਵਾਰ ਨੂੰ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਝੌਂਪੀਆਂ ਵਿੱਚ ਅਚਾਨਕ ਅੱਗ ਲੱਗੀ ਤਿੰਨ ਸਿਲੰਡਰਾਂ ਦੀ ਅੱਗ ਦੂਜੇ ਪੇੜ ਅਚੂ ਆ ਕੇ ਫਟ ਗਏ ਤੇ ਅੱਗ ਹੋਰ ਭੜਕ ਗਈ ਤੇ ਸਾਰੀਆਂ ਝੁੱਗੀਆਂ ਨੂੰ ਅੱਗ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬਿਗ ਬ੍ਰੇਕਿੰਗ ਨਿਊਜ਼ ਆ ਜੀ ਸਭ ਤੋਂ ਵੱਡੀ ਖਬਰ ਆ 3 ਮਈ ਨੂੰ ਨਹੀਂ ਲੱਗੇਗਾ ਲਾਕਡਾਊਨ ਪਿਛਲੇ ਸਾਲ ਦੀ ਖਬਰ ਹੋ ਰਹੀ ਆ ਵਾਇਰਲ ਸੋ ਬਿਗ ਬ੍ਰੇਕਿੰਗ ਨਿਊਜ਼ ਆ ਜੇ 3 ਮਈ ਤੋਂ 20 ਮਈ ਤੱਕ ਲਾਕਡਾਊਨ ਦੀ ਖਬਰ ਵਾਲੀ ਇੱਕ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਜੇਕਰ ਇਹ ਫੋਟੋ ਵਟਸਐਪ ਤੇ ਆਈ ਆ ਤਾਂ ਘਬਰਾਉਣ ਦੀ ਲੋੜ ਨਹੀਂ ਇਹ ਪਿਛਲੇ ਸਾਲ ਲਾਕਡਾਊਨ ਵਾਲੀ ਮੀਡੀਆ ਕੰਟਿੰਗ ਨੂੰ ਕੁਝ ਲੋਕਾਂ ਨੇ ਵਾਇਰਲ ਕਰ ਦਿੱਤਾ ਜਿਸ ਦਾ ਕੋਈ ਆਧਾਰ ਨਹੀਂ ਤੇ 3 ਮਈ ਤੋਂ ਲਾਕਡਾਊਨ ਨਹੀਂ ਲੱਗਣ ਜਾ ਰਿਹਾ ਜੇਕਰ ਤੁਹਾਡੇ ਕੋਲੇ ਵੀ ਫੋਨ ਦੇ ਵਿੱਚ ਕੋਈ ਖਬਰ ਆਉਂਦੀ ਹੈ ਤੇ ਇਸ ਨੂੰ ਅੱਗੇ ਸ਼ੇਅਰ ਨਾ ਕਰੋ ਸਾਨੂੰ ਲਗਾਤਾਰ ਲੋਕਾਂ ਦੇ ਫੋਨ ਆ ਰਹੇ ਹਨ ਜਿਸ ਵਿੱਚ ਪੁੱਛਿਆ ਜਾ ਰਿਹਾ ਕਿ 3 ਮਈ ਤੋਂ ਲਾਕਡਾਊਨ ਲੱਗੇਗਾ ਅਸੀਂ ਸਾਰਿਆਂ ਨੂੰ ਸਾਫ਼ ਕਹਿ ਦਿੰਦੇ ਹਾਂ ਕਿ ਅਜਿਹਾ ਨਹੀਂ ਹੋਣ ਵਾਲਾ ਸੋ ਪਿਛਲੇ ਸਾਲ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਧੰਨਵਾਦ